ਬੀਜੇਪੀ ਦੀ ਮਹਿਲਾ ਮੋਰਚਾ ਦੀ ਲੀਡਰ ਨੇ ਕਿਹਾ ਕਿ ਮੈਂ ਆਪਣੇ ਹਿੰਦੂ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ 10-10 ਦੇ ਗਰੁੱਪਸ ਬਣਾ ਕੇ ਮੁਸਲਮਾਨ ਮਹਿਲਾਵਾਂ ਦੇ ਨਾਲ ਜਿਹੜਾ ਨੇ ਗੈਂਗ ਰੇਪ ਕੀਤੇ ਜਾਣ। ਸੀਲਸ ਆਫ ਫਾਸ਼ਿਜ਼ਮ ਆ ਜਿਹੜਾ ਉਹ ਹੈਗਾ ਵੀ ਇਨਟੋਲਰੈਂਸ ਵੱਧ ਗਈ ਹੋਈ ਆ, ਖਾਸ ਕਰਕੇ ਆ ਪਿਛਲੇ 10 ਸਾਲ 5 ਸਾਲਾਂ ਤੋਂ ਜਦੋਂ ਦਾ ਇਹ ਨਵਾਂ ਸਰਕਾਰੀ ਸਿਸਟਮ ਆਇਆ, ਤੇ ਹੋ ਸਕਦਾ 10-15 ਸਾਲਾਂ ਤੱਕ ਬਹੁਤ ਗੰਭੀਰ ਕਤਲੇਆਮ ਹੋਵੇ ਭਾਰਤ ਦੀ ਧਰਤੀ ਤੇ। ਬੀਜੇਪੀ ਦੀ ਮਹਿਲਾ ਮੋਰਚਾ ਦੀ ਲੀਡਰ ਨੇ ਕਿਹਾ ਕਿ ਮੈਂ ਆਪਣੇ ਹਿੰਦੂ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ 10-10 ਦੇ ਗਰੁੱਪਸ ਬਣਾ ਕੇ ਮੁਸਲਮਾਨ ਮਹਿਲਾਵਾਂ ਦੇ ਨਾਲ ਜਿਹੜਾ ਨੇ ਗੈਂਗ ਰੇਪ ਕੀਤੇ ਜਾਣ। ਅਤੇ ਜੇ ਆਪਾਂ ਕਹੀਏ ਕਿ ਇੱਕ ਮਹਿਲਾ ਹੋਣ ਦੇ ਨਾਤੇ, ਇੱਕ ਔਰਤ ਹੋਣ ਦੇ ਨਾਤੇ, ਇੱਕ ਔਰਤ ਆਪਣੇ ਭਰਾਵਾਂ ਨੂੰ ਇਹ ਕਹਿ ਰਹੀ ਹੈ ਕਿ ਦੂਸਰੀਆਂ ਔਰਤਾਂ ਜੋ ਕਿ ਉਹਦੇ ਧਰਮ ਦੀਆਂ ਨਹੀਂ ਨੇ ਉਸ ਦੇ ਨਾਲ ਜਿਹੜਾ ਹੈ ਗੈਂਗ ਰੇਪ ਕੀਤੇ ਜਾਣ, ਇਸ ਨੂੰ ਜਿਹੜਾ ਅਵਤਾਰ ਸਿੰਘ ਜੀ ਤੁਸੀਂ ਕਿਸ ਸੰਦਰਭ ਦੇ ਵਿੱਚ ਲੈਂਦੇ ਹੈਗੇ? ਹਾਂਜੀ, ਇਹ ਕਾਫੀ ਸਾਰਾ ਲਗਾਤਾਰ ਹੀ ਆ ਰਿਹਾ ਨਾ, ਮਤਲਬ ਇਹ ਦੁਖਦਾਈ ਜੀ ਹੈਗੀ, ਜਿੱਦਾਂ ਮਤਲਬ ਇੱਕ ਮਹਿਲਾ ਇਹ ਕਹਿ ਰਹੀ ਹੈ ਕਿ ਤੁਸੀਂ ਦੂਜੀਆਂ ਔਰਤਾਂ ਦੇ ਨਾਲ ਗੈਂਗ ਰੇਪ। ਹਾਂਜੀ ਹਾਂਜੀ, ਇਹ ਜਿਹੜੇ ਉਹ ਕਹਿੰਦੇ ਨਾ ਵੀ ਸੀਡਸ ਆਫ ਫਾਸ਼ਿਜ਼ਮ ਆ ਜਿਹੜੇ ਉਹ ਹੈਗੇ ਵੀ ਇਨਟੋਲਰੈਂਸ ਵੱਧ ਗਈ ਹੋਈ ਆ, ਖਾਸ ਕਰਕੇ ਆ ਪਿਛਲੇ 10-5 ਸਾਲਾਂ ਤੋਂ ਜਦੋਂ ਦਾ ਇਹ ਨਵਾਂ ਸਰਕਾਰੀ ਸਿਸਟਮ ਆਇਆ ਜੀ, ਵੀ ਖਾਸ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਜਦੋਂ ਦਾ ਆਈ ਆ ਜਾਂ ਦੁਬਾਰੇ ਆਈ ਆ, ਤੇ ਹੁਣ ਉਹ ਫਾਸ਼ਿਜ਼ਮ ਦੇ ਜਿਹੜੇ ਸਾਈਨ ਆ ਉਹ ਕਿਤੇ ਨਾ ਕਿਤੇ ਉਹ ਜ਼ਿਆਦੇ ਵੋਕਲ ਹੋ ਰਹੇ ਨੇ ਜੀ, ਉਹ ਜ਼ਿਆਦੇ ਸਾਹਮਣੇ ਆਉਣ ਲੱਗੇ ਹੋਏ ਨੇ ਹਨਾ, ਵੀ ਇਸ ਲੈਵਲ ਤੇ ਗਿਰ ਜਾਣਾ ਵੀ ਇਨਟੋਲਰੈਂਸ ਆ ਸਾਰੀ ਨਾ, ਵੀ ਜਿਹੜੀ ਸਮਾਜ ਵਿੱਚ ਇੰਨੀ ਇਨਟੋਲਰੈਂਸ ਹੋਵੇ ਵੀ ਤੁਸੀਂ ਦੂਜੇ ਦੀ ਹੋਂਦ ਹੀ ਖਤਮ ਕਰਨ ਦੀ ਉਹ ਕਰਦੇ ਹੋ ਜੀ, ਵੀ ਉਹਦੇ ਫਾਸ਼ਿਜ਼ਮ ਦਾ ਸਾਰਾ ਇਹੀ ਹੈ ਨਾ, ਵੀ ਦੂਜੀ ਕਿਸੇ ਧਿਰ ਦੀ ਮਤਲਬ ਕਿ ਤੁਸੀਂ ਹੋਂਦ ਨੂੰ ਪ੍ਰਵਾਨ ਨਹੀਂ ਕਰਦੇ ਜੀ, ਵੀ ਜਦੋਂ ਤੁਸੀਂ ਪ੍ਰਵਾਨ ਕਰ ਕਿਸੇ ਕੌਮ ਨੂੰ ਐਜ਼ ਏ ਕੌਮ, ਕਿਸੇ ਧਰਮ ਨੂੰ ਐਜ਼ ਏ ਧਰਮ ਪ੍ਰਵਾਨ ਨਹੀਂ ਕਰਦੇ, ਫਿਰ ਉਹਦੇ ਚੋਂ ਜਿਹੜੇ ਦੁਖਾਂਤ ਨੇ ਉਹਦੇ ਚੋਂ ਕਤਲੇਆਮ ਨਿਕਲਦੇ ਆ। ਇਹ ਅਰਲੀ ਸਾਈਨਸ ਆਫ ਫਾਸ਼ਿਜ਼ਮ ਆ, ਤੇ ਹੋ ਸਕਦਾ 10-15 ਸਾਲਾਂ ਤੱਕ ਬਹੁਤ ਗੰਭੀਰ ਕਤਲੇਆਮ ਹੋਵੇ ਭਾਰਤ ਦੀ ਧਰਤੀ ਤੇ, ਖਾਸ ਕਰਕੇ ਮੁਸਲਮਾਨਾਂ ਦੇ ਖਿਲਾਫ ਟਾਰਗੇਟਡ ਜਿਹੜਾ ਹੋਊਗਾ। ਹੁਣ ਜਿਹੜੀ ਇੱਕ ਲੇਡੀ ਕਹਿ ਰਹੀ ਆ ਵੀ ਸਾਡੇ ਹਿੰਦੂ ਭਾਈਆਂ ਨੂੰ ਚਾਹੀਦਾ ਵੀ ਉਹ 10-10 ਦੇ ਗਰੁੱਪ ਬਣਾ ਕੇ ਜਿੱਥੇ ਵੀ ਮੁਸਲਮਾਨ ਔਰਤ ਮਿਲਦੀ ਹੈ ਉਹਦਾ ਗੈਂਗ ਰੇਪ ਕੀਤਾ ਜਾਵੇ, ਉਹਨਾਂ ਨੂੰ ਉਹਨੂੰ ਸਬਕ ਸਿਖਾਇਆ ਜਾਵੇ। ਜਿੱਦਾਂ ਇੱਕ ਔਰਤ ਦਾ ਇਹ ਕਹਿਣਾ ਆਪਣੇ ਆਪ 'ਚ ਕਿੰਨਾ ਖਤਰਨਾਕ, ਔਰ ਸਰਕਾਰ ਦੇ ਵੱਲੋਂ ਕੋਈ ਉਸ 'ਤੇ ਐਕਸ਼ਨ ਨਾ ਲੈਣਾ, ਹਾਂ ਉਹਨੂੰ ਜਸਟ ਇਹ ਆ ਵੀ ਹੁਣ ਉਹਦੇ ਤੋਂ ਲਾ ਦਿੱਤਾ ਗਿਆ, ਹੁਣ ਬਾਅਦ ਚੋਂ ਆਇਆ, ਕਾਫੀ ਦਿਨਾਂ ਬਾਅਦ ਆਇਆ, ਕੇਸ ਦਰਜ ਹੋਣਾ ਚਾਹੀਦਾ ਉਹਦੇ ਤੇ, ਮਤਲਬ ਕਿ ਵੀ ਉਸ ਕਿਸਮ ਦੀ ਕੋਈ ਵੀ ਸਰਗਰਮੀ ਨਹੀਂ ਹੋ ਰਹੀ ਵੀ ਉਹਨੂੰ ਇੱਕਦਮ ਗ੍ਰਿਫਤਾਰ ਕਰਕੇ, ਤੇ ਜਦੋਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਵੀ ਤਾਂ ਇੱਕ ਤਰ੍ਹਾਂ ਨਾਲ ਦੇਸ਼ ਧਰੋਹੀ ਦਾ ਕੇਸ ਬਣਦਾ ਵੀ, ਪਰ ਨਹੀਂ ਉਹ ਬੜੇ ਆਰਾਮ ਨਾਲ ਫਿਰ ਰਹੇ ਨੇ। ਜਦੋਂ ਪ੍ਰਾਗਿਆ ਸਿੰਘ ਠਾਕੁਰ ਵਰਗੇ ਮੈਂਬਰ ਆਫ ਪਾਰਲੀਮੈਂਟ ਬਣ ਸਕਦੀ ਆ, ਤੇ ਫਿਰ ਇਸ ਚੱਕਰ ਚੋਂ ਵੀ ਇਹ ਜਿਹੜੇ ਫਾਸ਼ਿਜ਼ਮ ਦੇ ਜਿਹੜੇ ਹੈਗੇ ਆ ਸੀਡਸ ਨੇ ਉਹ ਹੋ ਰਹੇ ਆ, ਵੀ ਹੌਲੀ ਹੌਲੀ ਅਸੀਂ ਸਮਝਦੇ ਹਾਂ ਵੀ ਜੇ ਅਗਲੇ ਸਾਲਾਂ ਤੱਕ ਇਹੀ ਟ੍ਰੈਂਡ ਰਿਹਾ ਤਾਂ ਬਹੁਤ ਜਲਦੀ ਹੋ ਸਕਦਾ ਇਹਨਾਂ 5 ਸਾਲਾਂ 'ਚ ਜਿਹੜਾ ਕਤਲੇਆਮ ਆ ਸ਼ੁਰੂ ਹੋ ਜੇ, ਤੇ ਬਹੁਤ ਜਲਦੀ ਇਸ ਕਿਸਮ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਨ ਲੱਗ ਸਕਦੀਆਂ। ਬਿਲਕੁਲ ਜੀ, ਔਰ ਜਿਹੜਾ ਸੁਸਾਇਟੀ ਹੈਗੀ ਉਹਨੂੰ ਇੰਨਾ ਜ਼ਿਆਦਾ ਡੀਗ੍ਰੇਡ ਨਹੀਂ ਹੋਣਾ ਚਾਹੀਦਾ, ਇੰਨਾ ਜ਼ਿਆਦਾ ਥੱਲੇ ਨਹੀਂ ਜਾਣਾ ਚਾਹੀਦਾ, ਲੋੜ ਹੈਗੀ ਆ ਜਿਹੜੀ ਸੁਸਾਇਟੀ ਨੂੰ ਜਿਹੜਾ ਇਸ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਨ ਦੀ, ਤਾਂ ਕਿ ਜਿਹੜਾ ਹੈ ਕਿਉਂਕਿ ਜੇ ਕਤਲੇਆਮ ਹੋਵੇਗਾ ਜਾਂ ਜੋ ਇਸ ਤਰ੍ਹਾਂ ਦਾ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਨਾਲ ਜਿਹੜਾ ਨੁਕਸਾਨ ਹੋਣਾ ਹੈ ਉਹ ਇਕੱਲਾ ਨਹੀਂ ਆਪਾਂ ਕਹਿ ਸਕਦੇ ਕਿ ਕਿਸੇ ਇੱਕ ਕੌਮ ਦਾ ਜਾਂ ਇੱਕ ਹਿੱਸੇ ਦਾ ਜਾਂ ਇੱਕ ਖਿੱਤੇ ਦਾ ਹੁੰਦਾ ਹੈ, ਕਿਉਂਕਿ ਉਹ ਚੀਜ਼ਾਂ ਫਿਰ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਰਹਿੰਦੀਆਂ, ਨੁਕਸਾਨ ਜਿਹੜਾ ਹੈ ਉਹ ਪੂਰੇ ਦੇਸ਼ ਦਾ ਹੀ ਹੁੰਦਾ ਹੈ, ਅਤੇ ਇਸ ਦੇ ਲਈ ਜਿਹੜਾ ਹੈਗਾ ਲੋੜ ਹੈਗੀ ਆ ਸੁਸਾਇਟੀ ਨੂੰ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਦੀ।